ਪਹੁੰਚ ਚੁੱਕੇ ਨੇ। ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਜੀ, ਲੰਗਰ ਸਾਹਿਬ ਵਾਲੇ, ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਸਾਧ ਸੰਗਤ 26 ਸਾਲ ਗੁਰੂ ਘਰ ਦੀ ਅਣਥੱਕ ਸੇਵਾ ਕੀਤੀ। ਅਸੀਂ ਵੀ ਛੋਟੇ ਛੋਟੇ ਹੁੰਦੇ ਇਹਨਾਂ ਦੇ ਨਾਲ ਸੇਵਾ ਕਰਾਉਂਦੇ ਰਹੇ ਹਾਂ ਸਾਧ ਸੰਗਤ। ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ, ਉਹਨਾਂ ਦੀਆਂ ਆਸ਼ੀਰਵਾਦਾਂ ਲੈਂਦੇ ਰਹੇ ਹਾਂ, ਉਹਨਾਂ ਦੇ ਦਰਸ਼ਨ ਕਰਦੇ ਰਹੇ ਹਾਂ। ਉਹ ਪੂਰਨ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਧਰਤੀ ਨੂੰ ਧੀਰਜ ਦੇਣ ਵਾਲੇ ਸਾਧ ਸੰਗਤ, ਇਤਨਾ ਖੁੱਲ੍ਹਾ ਡੁੱਲਾ ਸੁਭਾਸੀ ਮਹਾਂਪੁਰਖਾਂ ਦਾ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀ ਦਾ। ਕਿਤਨਾ ਹੀ ਦੁਖੀ ਇਨਸਾਨ ਜੀਵ ਉਹਨਾਂ ਦੇ ਚਰਨਾਂ ਦੇ ਵਿੱਚ ਜਾਂਦਾ, ਸਾਧ ਸੰਗਤ ਐਸੇ ਬਚਨ ਕਰਦੇ ਸਾਰੇ ਦੁੱਖ ਭੁਲਾ ਦਿਆ ਕਰਦੇ। ਉਹਨਾਂ ਮਹਾਂਪੁਰਖਾਂ ਤੋਂ ਵਰੋਸਾਏ ਹੋਏ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਹਜ਼ਾਰ ਹਜ਼ਾਰ ਵਰ੍ਹਿਆਂ ਦੇ ਪ੍ਰੇਤਾਂ ਨੂੰ ਮਨੁੱਖਾ ਜਾਮੇ ਬਖਸ਼ੇ। ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ, ਉਹਨਾਂ ਤੋਂ ਵਰੋਸਾਏ ਹੋਏ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ। ਸਾਧ ਸੰਗਤ, ਭਾਵੇਂ ਸਰੀਰ ਬਹੁਤ ਬਿਰਧ ਹੋ ਚੁੱਕਿਆ, ਸੰਗਤਾਂ ਦੇ ਪ੍ਰੇਮ ਵਸ ਹੋ ਕੇ ਸੰਗਤਾਂ ਦੇ ਦਰਸ਼ਨ ਕਰਨ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਆਏ ਹਨ। 26 ਸਾਲ ਗੁਰੂ ਘਰ ਦੀ ਅਣਥੱਕ ਸੇਵਾ ਕੀਤੀ ਸਾਧ ਸੰਗਤ, ਇਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਹੀ ਤੁਰੇ ਫਿਰਦੇ ਹਾਂ, ਇਹਨਾਂ ਦੇ ਚਰਨਾਂ ਦੇ ਵਿੱਚ ਹੀ ਰਹਿੰਦੇ ਹਾਂ। ਸਾਧ ਸੰਗਤ, ਇਹਨਾਂ ਮਹਾਂਪੁਰਖਾਂ ਦੀਆਂ ਆਸ਼ੀਰਵਾਦਾਂ ਦੇ ਨਾਲ ਹੀ ਤੁਰੇ ਫਿਰਦੇ ਹਾਂ। ਆਓ, ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਲੰਗਰ ਸਾਹਿਬ ਵਾਲੇ ਪਹੁੰਚ ਚੁੱਕੇ ਨੇ। ਆਓ, ਇਹਨਾਂ ਦੇ ਸਤਿਕਾਰ ਦੇ ਵਿੱਚ ਇੱਕ ਆਪਾਂ ਧਾਰਨਾ ਪੜ੍ਹੀਏ, ਗੱਜ ਵੱਜ ਕੇ ਗੂੰਜਾ ਪਾ ਦਈਏ, ਉਪਰੰਤ ਮਹਾਂਪੁਰਖਾਂ ਤੋਂ ਕਮਾਏ ਹੋਏ ਬਚਨ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਪਾਂ ਸਰਵਣ ਕਰੀਏ। ਆਓ ਬਾਬਾ ਜੀ, ਜੀ ਆਇਆ ਨੂੰ, ਆਓ ਬਾਬਾ ਜੀ, ਜੀ ਆਇਆ ਨੂੰ,
ਸਾਧ ਸੰਗਤ ਜੀ, ਪੂਰਨ ਤੱਤਵੇਤੇ ਮਹਾਂਪੁਰਖ ਜਿਨ੍ਹਾਂ ਨੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਵੱਡੇ ਸੰਤ ਜੀ ਮਹਾਰਾਜ ਅਤੇ ਛੋਟੇ ਸੰਤ ਜੀ ਮਹਾਰਾਜ, ਕਈ ਵਾਰੀ ਮਹਾਂਪੁਰਖ ਛੋਟੇ ਸੰਤ ਬਾਬਾ ਕਿਸ਼ਨ ਸਿੰਘ ਜੀ ਕਿਹਾ ਕਰਦੇ ਸਨ। ਖੁੱਲ੍ਹਾ ਡੁੱਲਾ ਸੁਭਾਅ ਸੀ ਉਹਨਾਂ ਦਾ ਕਿ ਬਾਬਾ, ਤੇਰੀ ਤਾਂ ਕਮਾਈ ਸਾਡੇ ਨਾਲ ਵੀ ਵੱਧ ਹੈ, ਤੂੰ ਲੰਗਰ ਦੇ ਵਿੱਚ ਰਿਹਾ ਕਰ, ਅਸੀਂ ਤੇਰੇ ਪਾਸ ਆਪ ਹੀ ਆ ਜਾਇਆ ਕਰਾਂਗੇ। ਕਿਉਂਕਿ ਬਾਬਾ ਜੀ ਦੋ ਟਾਈਮ ਸੰਤ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਨ ਜਾਇਆ ਕਰਦੇ ਸਨ। ਆਓ, ਉਹ ਮਹਾਂਪੁਰਖ ਪਹੁੰਚ ਚੁੱਕੇ ਨੇ ਪ੍ਰੇਮ ਅਤੇ ਸਤਿਕਾਰ ਦੇ ਨਾਲ, ਕਮਾਏ ਹੋਏ ਬਚਨ ਆਪਾਂ ਇਹਨਾਂ ਤੋਂ ਸਰਵਣ ਕਰੀਏ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਸਤਿਪੁਰਸ਼ਾਂ ਦੀ ਅਡੀਕ ਦੇ ਅੰਦਰ ਆਪਾਂ ਸਰਬੱਤ ਸੰਗਤਾਂ, ਆਪ ਇਲਾਕਾ ਨਿਵਾਸੀ ਸੰਗਤਾਂ ਨੇ, ਨਗਰ ਨਿਵਾਸੀ ਸੰਗਤਾਂ ਨੇ, ਇਹ ਮਹਾਨ ਉਮਰ 'ਚ ਅਸੀਂ 5 ਦਿਨ ਦਾ ਜੋ ਸਮਾਗਮ ਸੀ, ਅੱਜ ਆਖਰੀ ਦਿਨ ਦੇ ਦੀਵਾਨ ਦੀ ਸਮਾਪਤੀ ਹੋ ਰਹੀ ਹੈ। ਤੋ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜੋ ਆਪ ਹੀ ਆਪਣੀ ਮਿਸਾਲ ਹਨ, ਉਹ ਪਹੁੰਚ ਚੁੱਕੇ ਹਨ। ਜਿੰਨੀਆਂ ਵੀ ਸੰਗਤਾਂ ਇੱਧਰ ਉੱਧਰ ਫਿਰਦੀਆਂ ਨੇ, ਉਹਨਾਂ ਗੁਰਮੁਖ ਪਿਆਰਿਆਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ ਕਿ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠੋ। ਇੱਥੇ ਆਪਾਂ ਰੌਲਾ ਪਾਉਣ ਵਾਸਤੇ ਨਹੀਂ ਆਏ, ਜਿਸ ਕਾਰਜ ਵਾਸਤੇ ਆਪਾਂ ਪਹੁੰਚੇ ਹਾਂ, ਉਹ ਕਾਰਜ ਦੀ ਸਤਸੰਗਤ ਦੀ ਸਿੱਧੀ ਵਾਸਤੇ ਮਹਾਂਪੁਰਖਾਂ ਦੇ ਕਮਾਏ ਹੋਏ ਬਚਨ ਸਰਵਣ ਕਰਨੇ ਆ। ਜਿੰਨਾ ਚਿਰ ਮਹਾਂਪੁਰਖਾਂ ਦੀ ਮੌਜ ਹੋਏਗੀ, ਉਹ ਕਮਾਏ ਹੋਏ ਬਚਨ ਆਪ ਜੀ ਨੂੰ ਸਰਵਣ ਕਰਵਾਉਣਗੇ। ਉਪਰੰਤ ਜੋ ਇੱਥੇ ਦੇ ਨਗਰ ਨਿਵਾਸੀ ਪ੍ਰਬੰਧਕ ਸੰਗਤਾਂ ਨੇ, ਉਹ ਮਹਾਂਪੁਰਖਾਂ ਦਾ ਸਤਿਕਾਰ ਕਰਨਗੀਆਂ, ਔਰ ਸਾਰੀਆਂ ਸੰਗਤਾਂ ਵੱਲੋਂ ਮਹਾਂਪੁਰਖਾਂ ਦਾ ਜੀ ਆਇਆ। ਔਰ ਬਾਅਦ 'ਚ ਮਹਾਂਪੁਰਖ ਦੀ ਅਪਾਰ ਕਿਰਪਾ ਦੁਆਰਾ ਜੋ ਆਪ ਸਰਬੱਤ ਸੰਗਤਾਂ ਨੇ 10 ਬੱਚੇ ਨੂੰ ਨਵਾਜਿਆ, ਕੁਝ ਸਮਾਂ ਰਹਿੰਦਾ ਸਮਾਂ ਇਸੇ ਤਰ੍ਹਾਂ ਹੀ ਆਪਾਂ ਸੰਗਤ 'ਚ ਜੁੜਨਾ ਹੈ ਗੁਰਮੁਖਤਾਈ ਦੇ ਨਾਲ। ਕਿਸੇ ਨੇ ਵੀ ਜਦੋਂ ਮਹਾਂਪੁਰਖਾਂ ਨੇ ਜਾਣਾ ਹੈ, ਇਹ ਨਾ ਹੋਵੇ ਤੁਸੀਂ ਆਪੋ ਆਪਣੇ ਆਸਣਾਂ ਨੂੰ ਛੱਡ ਕੇ ਇੱਧਰ ਉੱਧਰ ਦੌੜੋ। ਮਹਾਂਪੁਰਖਾਂ ਦੀ ਸਾਰੀਆਂ ਸੰਗਤਾਂ ਨੂੰ ਦਰਸ਼ਨ ਹੋ ਰਹੇ ਨੇ, ਔਰ ਜਦੋਂ ਮਹਾਂਪੁਰਖ ਜਾਣਗੇ, ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹੀ ਬੈਠ ਕੇ ਪ੍ਰੇਮ ਦਾ ਸਬੂਤ ਦੇਣਾ ਹੈ। ਜਿੱਥੇ ਜਗ੍ਹਾ ਮਿਲੀ ਹੋਈ ਹੈ ਉੱਥੇ ਬੈਠਣਾ ਹੈ, ਔਰ ਇਹ ਨਹੀਂ ਹੈ ਕਿ ਉੱਠ ਕੇ ਦੌੜ ਜਾਣਾ ਹੈ। ਔਰ ਸਾਰੀਆਂ ਸੰਗਤਾਂ ਨੇ ਬਚਨ ਪਿਆਰ ਦੇ ਨਾਲ ਹੁਣ ਆਪਾਂ ਮਹਾਂਪੁਰਖਾਂ ਤੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਭ ਭਾਗਾਂ ਵਾਲੇ, ਸਤਿਸੰਗ ਨਹੀਂ ਮਿਲਦਾ ਭਾਗ ਬਿਨਾਂ, ਵੱਡੇ ਭਾਗਾਂ ਨਾਲ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸਾਰੀ ਮਾਨਸ ਜਨਮ ਦੀ ਸੋਝੀ ਸਤਸੰਗ 'ਚੋਂ ਹੀ ਆਉਂਦੀ ਹੈ। ਇਹ ਸਾਨੂੰ ਕਾਹਦੇ ਵਾਸਤੇ ਮਿਲਿਆ, ਇਹਦੇ ਨਾਲ ਕੀ ਕੰਮ ਕਰਨੇ ਚਾਹੀਦੇ ਨੇ। ਇੱਕਨਾਂ ਨੂੰ ਸੋਝੀ ਆ ਗਈ ਕਿ ਫਿਰਦੇ ਬੇਪਰਵਾਹ, ਇੱਕਨਾਂ ਨੂੰ ਸੋਝੀ ਆ ਗਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਨੇਕ ਨਿਜ ਦੀ ਕਮਾਈ ਕਰਦੇ ਨੇ। ਹਰ ਵਕਤ ਸੋਚਦੇ ਨੇ ਵਾਹਿਗੁਰੂ ਸਾਡਾ ਜਨਮ ਲੇਖੇ ਲੱਗ ਜਾਵੇ,
ਇੱਕ ਬੇਪਰਵਾਹ ਫਿਰਦੇ ਨੇ, ਕੋਈ ਪਤਾ ਨਹੀਂ ਸਾਨੂੰ ਮਾਨਸ ਜਨ ਮਿਲਿਆ ਤਾਂ ਵੀ ਕੋਈ ਲਾਹਾ। ਪਰ ਦੇਵਤਿਆਂ ਨੂੰ ਚੰਗੇ ਜਾਣਦੇ, ਦੇਵਤੇ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਨੇ, ਵਾਹਿਗੁਰੂ ਸਾਨੂੰ ਮਾਨਸ ਦੇਹ ਮਿਲੇ, ਤੇਰਾ ਸੇਵਨ ਭਜਨ ਕਰਕੇ ਇੱਦੋਂ ਅੱਛੇ ਹੋ ਜਾਈਏ। ਉਹ ਤਾਂ ਮੰਗਦੇ ਨੇ, ਆਪਾਂ ਨੂੰ ਮਿਲੀ ਹੋਈ ਹੈ, ਆਪਣਾ ਵੀ ਫਰਜ਼ ਬਣਦਾ। ਜਿੰਨਾ ਜਿੰਨਾ ਸਮਾਂ ਲੱਗੇ ਜਿਹੜਾ ਪਰਮੇਸ਼ਵਰ ਦੇ ਨਾਮ 'ਚ ਲੱਗਦਾ ਉਹੀ ਲੇਖੇ 'ਚ ਪੈਂਦਾ। ਜਿਹੜੇ ਉਰੇ ਬੈਠੇ ਆ ਇਹੀ ਸਮਾਂ ਲੇਖੇ 'ਚ ਪੈਂਦਾ। ਜਿਹੜੇ ਹੋਰ ਕਮਰੇ ਉਹਨੂੰ ਦੱਸਿਆ ਆਪਣੇ ਕਾਹ ਤੇਰੇ ਕਿਤੇ ਨਾ ਕੰਮ ਮੇਰੇ ਸਾਧ ਸੰਗਤ ਭਾਜੇ ਕੇਵਲ ਨਾਮ। ਪਰਮੇਸ਼ਵਰ ਦੇ ਨਾਮ ਦੀ ਮਹਿਮਾ ਸੋਭਾ ਸੰਤਾਂ ਭਗਤਾਂ ਦੇ ਹਿਰਦੇ 'ਚ ਵਾਸਾ ਰੱਖਦੀ ਹੈ। ਤਾਂ ਹੀ ਦੱਸਿਆ ਸਾਧੂ ਬੋਲੇ ਸਹਿ ਸੁਭਾਅ, ਸਾਧੂ ਦਾ ਬੋਲਿਆ ਫਿਰ ਸਮਝਿਆ। ਉਹਨਾਂ ਦੇ ਮਨ ਨੂੰ ਨਾਮ ਦਾ ਰੰਗ ਚੜ੍ਹਿਆ ਹੁੰਦਾ, ਕੋਈ ਭਜਨ ਕਰਦੇ ਨੇ ਸਾਰੇ ਪੂਰੇ ਹੁੰਦੇ, ਸੰਸਾਰ ਸੇਵਾ ਕਰਕੇ ਭਜਨ ਕਰਾ ਲੈਂਦੇ ਨੇ ਅਤੇ ਕਾਰਜ ਸ਼ੁੱਧ ਹੋ ਜਾਂਦੇ। ਫਿਰ ਇਹ ਸੇਵਾ ਕਰਦੇ ਕਰਦੇ ਇਹ ਵੀ ਉਹਨਾਂ ਦਾ ਹੀ ਰੂਪ ਬਣ ਜਾਂਦਾ। ਮਹਿਮਾ ਹਰ ਨਾਮ ਦੀ ਨੰਦਾ ਦੇ ਭਗਤਾਂ ਨੇ ਕਿਹਾ ਹੈ ਕੋਈ ਗਾਵੇ ਕੋ ਸੁਣੇ ਹਰਨਾਮਾ ਚਿੱਤ ਲਾਏ, ਕਹਿ ਦਕਵੀਰ ਸੰਸਾਨ ਅੰਤ ਪਰਮਗਤ ਪਾਏ। ਕੋਈ ਪ੍ਰੇਮ ਨਾਲ ਗਾਵੇ ਕੋਈ ਪ੍ਰੇਮ ਨਾਲ ਸੁਣੇ, ਦੋਹਾਂ ਨੂੰ ਪਰਮਗਤੀ ਪ੍ਰਾਪਤ ਹੁੰਦੀ ਹੈ। ਕੋਈ ਗਾਉਂਦੇ ਨੇ ਤੇ ਕੋਈ ਕੋਈ ਸੁਣਦੇ ਨੇ ਹਰੀ ਨਾਮ ਚਿੱਤ ਲਾਏ, ਕੋਈ ਗਾਉਂਦੇ ਹਰੀ ਨਾਮ ਚਿੱਤ ਲਾਏ।
ਜਿਹਨੂੰ ਨਾਂ ਦਾ ਰੰਗ ਚੜ੍ਹ ਜਾਂਦਾ ਫਿਰ ਉਤਰਦਾ ਨਹੀਂ ਹੈ। ਜਿਹੜੇ ਤੇਰੇ ਰੰਗਾਂ ਦੇ ਵਿੱਚ ਸਭ ਦਾ ਫਰਜ਼ ਹੈ ਜਿੰਨਾ ਜਿੰਨਾ ਸਮਾਂ ਲੱਗੇ ਲਾਉਣਾ ਉਹੀ ਲੇਖੇ 'ਚ ਬੰਦਾ ਜਿਹੜਾ ਪਰਮੇਸ਼ੁਰ ਦੇ ਨਾਂ 'ਚ ਲੱਗਦਾ। ਜਿਹੜੇ ਨਹੀਂ ਜਪਦੇ ਉਹਨਾਂ ਨੂੰ ਗੁਰਬਾਣੀ ਅਲਾਂਭੇ ਦਿੰਦੇ ਆ, ਭਗਤ ਹੀਰ ਕਾਹੇ ਅਗਾਏ ਪੂਰੇ ਗੁਰ ਕੀ ਸੇਵ ਨੇ ਕਿੰਨੀ ਵਿਰਥਾ ਜਨ ਕਮਾਇ। ਨਾ ਗੁਰੂ ਘਰ ਦੀ ਸੇਵਾ ਕੀਤੀ ਨਾ ਵਾਹਿਗੁਰੂ ਦੀ ਬੰਦਗੀ ਕੀਤੀ, ਉਹਨੂੰ ਮਾਨਸ ਜਨਮ ਦਾ ਫਾਇਦਾ ਕੀ ਹੋਇਆ। ਕਾਨੂੰ ਜੰਮਣਾ ਦੀ ਦਾਗਾ ਦੀ ਆਹ
ਗੁਰੂ ਦੇ ਦਰਸ਼ਨਾਂ ਨੂੰ ਆਉਂਦੇ ਹਾਂ, ਇੱਕ ਇੱਕ ਕਦਮ ਦਾ ਇੱਕ ਇੱਕ ਸੁਮੇਧ ਜੱਗ ਦਾ ਫਲ ਕਥਨ ਕੀਤਾ ਹੈ। ਐਵੇਂ ਨਹੀਂ ਹੈ, ਸਰਦਾ ਸਰਦਾ ਦੇ ਸਮਾਨ ਵੱਧ ਘੱਟ ਵੀ ਹੁੰਦਾ ਹੈ, ਪਰ ਜਿਹੜੀ ਪੂਰਨ ਸਰਦਾ ਹੈ ਉਹਨੂੰ ਇੱਕ ਇੱਕ ਕਦਮ ਦਾ ਇੱਕ ਇੱਕ ਸੁਮੇਧ ਜੱਗ ਦਾ ਫਲ ਪ੍ਰਾਪਤ ਹੁੰਦਾ ਹੈ। ਪਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ ਚਰਨ ਤੇਰੀ ਆਉਂਦੇ ਚੱਲ, ਪਰ ਮੇਰੇ ਸੁਹਾਵੇ ਸੱਚੇ ਪਾਤਸ਼ਾਹ ਚਰਨ ਤੇਰੀ ਆਉਂਦੇ ਚੱਲ ਕੇ ਕਿਰਪਾ ਨਾਲ ਆਇਆ ਜਾਂਦਾ। ਇਹ ਵੀ ਐਵੇਂ ਨਹੀਂ ਹੈ, ਇੱਕ ਇੱਕ ਕਦਮ ਇੱਕ ਇੱਕ ਸੁਮੇਧ ਜੱਗ ਦਾ ਫਲ ਕਥਨ ਕੀਤਾ। ਮੇਰੇ ਪਿਆਰੇ ਯਾਰਨ ਤੇਰੀ ਆਉਂਦੇ ਚੱਲ, ਗੁਰੂ ਨਾਨਕ ਸੱਚੇ ਪਾਤਸ਼ਾਹ ਚੌਥੀ ਉਦਾਸੀ ਪਰਮੇਸ਼ਰ ਕੋਲ ਗਏ, ਅੱਠੇ ਅੰਗ ਲਾ ਕੇ ਨਿਨੌਤ ਕੀਤੀ। ਪਰਮੇਸ਼ਰ ਨੇ ਕਿਹਾ, ਨਾਨਕ ਜਿਹੜੇ ਕੰਮ ਵਾਸਤੇ ਭੇਜਿਆ ਸ਼ੁਰੂ ਨਹੀਂ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਬੇਨਤੀ ਕਰਦੇ, ਸਾਰਾ ਸੰਸਾਰ ਜੰਮਣ ਮਰਨ ਦੇ ਚੱਕਰ ਵਿੱਚ ਹੈ, ਉੱਥੇ ਗੁਰੂ ਦੀ ਮਰਿਆਦਾ ਹੈ, ਮੈਂ ਉਹਨਾਂ ਨੂੰ ਗੁਰੂ ਧਾਰਨ ਨਹੀਂ ਕਰਨਾ, ਮੇਰੇ ਤਾਂ ਤੁਸੀਂ ਗੁਰੂ ਹੋ, ਜਿਹੜਾ ਹੁਕਮ ਦੇਵਾਂ ਉਹ ਨਾਮ ਜਪਾ ਦੇ। ਪਰਮੇਸ਼ਰ ਨੇ ਫਿਰ ਇਹ ਨਾਮ ਦੱਸਿਆ, ਸਤਨਾਮ 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 ਵਾਹਿਗੁਰੂ।
ਸਤਨਾਮ ਮੋਲ ਸੰਗ ਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ ਕਿਸੇ ਦੀ ਸ਼ਾਨ ਤੋਂ ਖਿਲਾਫ਼ ਬੋਲੇਗਾ ਮਾਫ਼ ਕਰਨਾ ਇੰਨਾ ਹੀ ਮਨਜ਼ੂਰ ਕਰਨਾ ਫਿਰ ਕੋਈ ਸਮਾਂ ਮਿਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਨੇ ਸਤਿਗੁਰੂ ਜੀ ਪਾਤਸ਼ਾਹ ਜੀ ਦੀ ਰੂਪੀ ਬਾਣੀ ਦੇ ਕੀਰਤਨ ਦੇ ਦੁਆਰਾ ਮਾਏ ਹੋਏ ਵਚਨ ਆਪ ਜੀ ਨੂੰ ਸਰਵਣ ਕਰਵਾਏ ਹਨ। ਬੇਨਤੀ ਕਰਦਿਆਂ ਇੱਥੇ ਦੇ ਪ੍ਰਬੰਧਕਾਂ ਨੂੰ ਨਗਰ ਨਿਵਾਸੀਆਂ ਨੂੰ ਕਿ ਜੋ ਵੀ ਮਹਾਂਪੁਰਖਾਂ ਦਾ ਸਤਿਕਾਰ ਹੈ ਉਹ ਇੱਥੇ ਪਿਆਰ ਦੇ ਨਾਲ ਮਹਾਰਾਜੀਆਂ ਨੂੰ ਅਰਪਣ ਕਰਨ ਅਤੇ ਸਾਰੀਆਂ ਹੀ ਸੰਗਤਾਂ ਵੱਲੋਂ ਔਰ ਨਗਰ ਨਿਵਾਸੀਆਂ ਵੱਲੋਂ ਅਤੇ ਸਤਸੰਗਤ ਜੀ ਦਾਸਾਂ ਵੱਲੋਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕੀ ਕਰ ਸਕਦੇ ਹਾਂ ਜਿਨ੍ਹਾਂ ਨੇ ਆਪ ਹੀ ਨਿਵਾਜਿਆ ਹੋਇਆ ਮਹਾਂਪੁਰਖਾਂ ਦੀ ਕਿਰਪਾ ਹੈ। ਤੋ ਬੇਨਤੀ ਕਰਦਾ ਮੈਂ ਪ੍ਰਬੰਧਕਾਂ ਨੂੰ ਉਹ ਪਿਆਰ ਦੇ ਨਾਲ ਸਰਵਣ ਕਰਵਾਉਣ ਅਗਲਾ ਪ੍ਰੋਗਰਾਮ ਬਾਕੀ ਰਹਿੰਦਾ ਸਮਾਂ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੇ ਰੱਬੀ ਬਾਣੀ ਦੇ ਕੀਰਤਨ ਦੁਆਰਾ ਸਰਵਣ ਕਰਨਾ ਹੈ। ਜਿੱਥੇ ਜਗ੍ਹਾ ਮਿਲੀ ਹੋਈ ਹੈ ਉੱਥੇ ਬੈਠਣਾ, ਕਿਸੇ ਨੇ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।